कितना पैसा लगा के आए? 6.5 लाख 19 साल का मुंडा लगभग 2.5 साल तो कमरे के अंदर बंद पिया सी। अभी कान क्या उम्मीद लेके आवे सड़ तो? तो उम्मीद लेके आई बस तोर लगे छोटी से ही से भाई। हां जी तोर लगे ए मुंडे दे हाथ भी नहीं चलदे सी लेवल ते किते इंजरी है जी। ਤੁਸੀਂ ਵੀਡੀਓ ਸ਼ੇਅਰ ਕਰਕੇ ਇੱਥੇ ਤੱਕ ਪਹੁੰਚਾਓਗੇ ਤਾਂ ਅੱਗੇ ਇਹ ਜਾਣਕਾਰੀਆਂ ਪਹੁੰਚ ਸਕਣਗੀਆਂ, ਤਾਂ ਤਫੀ ਖਾਨ ਵਰਗੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ। ਇਹਦਾ ਪਿੰਡਾਂ 'ਚ ਅਸੀਂ ਸਿਰਫ ਇਸੇ ਤਰੀਕੇ ਨਾਲ ਜਾਣਦੇ ਕਿ ਰੀੜ ਦੀ ਹੱਡੀ ਸੱਟ ਵੱਜ ਗਈ ਹੈ, ਥੱਲੜਾ ਹਿੱਸਾ ਸੁਣ ਹੋ ਗਿਆ, ਲੱਤਾਂ ਜਾਂ ਛਾਤੀ ਥੱਲੇ ਹੈ ਨਾ, ਇਸ ਤੋਂ ਇਲਾਵਾ ਜ਼ਿਆਦਾ ਕੁਛ ਨਹੀਂ ਪਤਾ। ਜੀ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ, ਤੁਹਾਡਾ ਬਿਲਕੁਲ ਫਰਜ਼ ਬਣਦਾ। ਕਿਉਂ? ਕਿਉਂਕਿ ਤੁਸੀਂ ਵੀਡੀਓ ਸ਼ੇਅਰ ਕਰਕੇ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਪਾਉਣ ਲੱਗੇ ਹੋ। ਪਿੰਡਾਂ ਦੇ ਵਿੱਚ ਪਏ ਨੇ ਇਹੋ ਜਿਹੇ ਬਹੁਤ ਸਾਰੇ ਮਰੀਜ਼ ਜੋ ਕਿ ਇਲਾਜ ਨੂੰ ਉਡੀਕ ਰਹੇ ਹੈ, ਅਲੱਗ ਅਲੱਗ ਜਗ੍ਹਾ ਇਹ ਹਨੇਰੇ ਦੇ ਵਿੱਚ ਹੱਥ ਪੈਰ ਮਾਰ ਰਹੇ ਹੈ, ਕਿਸੇ ਸੋਨੇ ਲਈ ਜਾਂ ਬਹੁਤ ਮਹਿੰਗੇ ਘਰ ਲਈ ਨਹੀਂ, ਜ਼ਿੰਦਗੀ ਜੀਣ ਲਈ, ਸਰਵਾਈਵਲ ਲਈ, ਜ਼ਿੰਦਾ ਰਹਿਣ ਲਈ। ਸਾਡੇ ਨਾਲ ਪੇਸ਼ੈਂਟ ਆਏ ਬਠਿੰਡੇ ਤੋਂ, ਕਿੰਨੇ ਸਾਲ ਹੋ ਗਏ ਤੁਹਾਨੂੰ? 2.5 ਸਾਲ 2.5 ਸਾਲ ਤੋਂ ਘਰ ਦੇ ਵਿੱਚ ਬੰਦ ਪਏ ਹੋ? ਹਾਂ। ਕਿੰਨਾ ਪੈਸਾ ਲਗਾ ਚੁੱਕੇ ਹੋ? 6.5 ਲੱਖ 6.5 ਲੱਖ ਪਤਾ ਇਲਾਜ ਕਿੰਨੇ ਦਾ ਸੀਗਾ? ਇਲਾਜ ਸਿਰਫ ਆਪਰੇਸ਼ਨ ਹੋਇਆ, ਆਪਰੇਸ਼ਨ ਹੋਇਆ ਹਾਂ, ਮੇਰੇ ਖਿਆਲ ਨਾਲ ਜ਼ਿਆਦਾ ਨਹੀਂ, ਸਿਰਫ 80-90 ਹਜ਼ਾਰ ਰੁਪਏ ਦਾ ਇਲਾਜ ਸੀਗਾ, ਜਿਹਦੇ ਲਈ 6.5-6 ਲੱਖ ਰੁਪਏ ਲਾ ਚੁੱਕੇ ਹਾਂ। ਇਹ ਤਾਂ ਘੱਟ ਲਾਇਆ, ਉੱਥੇ ਹੋਰ ਪੇਸ਼ੈਂਟ ਪਏ ਹੈ, ਸਭ ਦਾ ਕੁਛ ਨਾ ਕੁਛ ਵਿਕ ਗਿਆ ਹੈ ਨਾ, ਘਰ ਬਾਹਰ ਵਿਕ ਰਹੇ ਹੈ। ਇਹ ਘਰ ਬਾਹਰ ਵਿਕਣ ਤੋਂ ਕਿਵੇਂ ਬਚਾ ਸਕਦੇ ਹੋ? ਤੁਸੀਂ ਬਚਾ ਸਕਦੇ ਹੋ ਵੀਡੀਓ ਸ਼ੇਅਰ ਕਰਕੇ, ਇਹਨਾਂ ਤੱਕ ਜਾਣਕਾਰੀਆਂ ਪਹੁੰਚਾਉਣ ਤੱਕ। ਬੇਨਤੀ ਹੈ ਕਿ ਤੁਹਾਨੂੰ ਜਾਣਕਾਰੀ ਹੁਣ ਚੱਲੀ ਹੈ ਪਤਾ? ਕਿਹਨੇ ਦੱਸਿਆ ਤੁਹਾਨੂੰ ਤੁਹਾਡੇ ਬਾਰੇ? ਸਾਨੂੰ ਫੇਸਬੁੱਕ ਤੇ ਵੀਡੀਓ ਦੇਖੀ ਸੀ ਸੰਗਤ ਜੀ, ਇਹ ਫੇਸਬੁੱਕ ਤੇ ਵੀਡੀਓਸ ਤੁਸੀਂ ਸ਼ੇਅਰ ਕੀਤੀਆਂ ਸੀ, ਤਾਂ ਕੀ ਨਾਮ ਸੀ ਪੂਰਾ? ਸਫੀ ਖਾਨ ਹੈ ਨਾ? ਸਫੀ ਖਾਨ ਤਾਂ ਜਾ ਕੇ ਆਪਣੀ ਸੇਵਾ ਦਾ ਲਾਭ ਉਠਾ ਪਾ ਰਹੇ ਹੈ। ਸੰਗਤ ਜੀ ਵੀਡੀਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ। ਕਿੱਥੇ ਉਮੀਦ ਹੈ, ਹਲੇ ਆਪਣੀ ਸੱਟ ਬਾਰੇ ਬਿਲਕੁਲ ਨਹੀਂ ਪਤਾ ਨਾ, ਲੈਵਲ ਤੱਕ ਨਹੀਂ ਪਤਾ ਹੈ ਨਾ, ਮੈਨੂੰ ਕੁਛ ਨਹੀਂ ਪਤਾ ਆਪਣੇ ਸੱਟ ਬਾਰੇ ਕੀ ਹੋਇਆ ਕਿਆ। ਪਿੰਡਾਂ 'ਚ ਅਸੀਂ ਸਿਰਫ ਇਸੇ ਤਰੀਕੇ ਨਾਲ ਜਾਣਦੇ ਕਿ ਰੀੜ ਦੀ ਹੱਡੀ ਸੱਟ ਵੱਜ ਗਈ ਹੈ, ਥੱਲੜਾ ਹਿੱਸਾ ਸੁਣ ਹੋ ਗਿਆ, ਲੱਤਾਂ ਜਾਂ ਛਾਤੀ ਥੱਲੇ ਹੈ ਨਾ, ਇਸ ਤੋਂ ਇਲਾਵਾ ਜ਼ਿਆਦਾ ਕੁਛ ਨਹੀਂ ਪਤਾ। ਇਹਨਾਂ ਮਰੀਜ਼ਾਂ ਤੱਕ ਜਾਣਕਾਰੀਆਂ ਕਿਹਨੇ ਪਹੁੰਚਾਉਣੀਆਂ? ਤੁਸੀਂ ਪਹੁੰਚਾਉਣੀ ਹੈ। ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਇੱਥੇ ਤੱਕ ਪਹੁੰਚਾਓਗੇ ਤਾਂ ਅੱਗੇ ਇਹ ਜਾਣਕਾਰੀਆਂ ਪਹੁੰਚ ਸਕਣਗੀਆਂ, ਤਾਂ ਤਫੀ ਖਾਨ ਵਰਗੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ। ਬਠਿੰਡਾ ਪੰਜਾਬ ਤੋਂ ਆਇਆ ਇਹ, ਇਹੋ ਜਿਹੇ ਪਤਾ ਨਹੀਂ ਕਿੰਨੇ ਪੇਸ਼ੈਂਟ ਪਿੰਡਾਂ 'ਚ ਪ੍ਰਦੇਸ਼ਾਂ 'ਚ ਪਏ ਨੇ, ਜੋ ਕਿ 5 ਸਾਲ 10 ਸਾਲ 15 ਸਾਲ ਪਏ ਨੇ। ਤੁਸੀਂ ਹੋਰ ਕਿਹਨੂੰ ਕਿੱਥੇ ਕਿੱਥੇ ਫੋਨ ਕੀਤੇ? ਅਸੀਂ ਲੁਧਿਆਣੇ ਜੀ। ਲੁਧਿਆਣੇ ਕਿੱਥੇ? ਲੁਧਿਆਣੇ ਕੋਤ ਸੁਪਨੇ ਘਰਤੀ ਗੁਰਪ੍ਰੀਤ। ਅੱਛਾ, ਗੁਰਪ੍ਰੀਤ ਮਿੰਟੂ ਮਨੁੱਖਤਾ ਦੀ ਸੇਵਾ ਵਾਲੇ, ਔਰ ਅਨਮੋਲ ਕੁਆਤਰਾ ਨੂੰ ਵੀ ਕੀਤਾ ਸੀ? ਹਾਂਜੀ, ਅਨਮੋਲ ਕੁਆਤਰਾ ਨੇ ਐਮਆਰ ਕਰਾ ਕੇ ਕਿਆ ਕਿਆ ਕੀਤਾ ਸਭ ਨੇ ਫਿਰ? ਉਹਨਾਂ ਨੇ ਐਮਆਰ ਕਰਾਤੀ। ਅਨਮੋਲ ਕੁਆਤਰਾ ਬਹੁਤ ਚੰਗੀ ਗੱਲ ਹੈ। ਹਾਂਜੀ, ਤੇ ਮਨੁੱਖਤਾ ਦੀ ਸੇਵਾ ਵਾਲਿਆਂ ਨੇ ਉਹਨਾਂ ਨੇ ਲਾਰਾਂ ਜੀ ਰੱਖੀ ਕੇ ਜਵਾਬ ਵੀ ਦਿੱਤੇ ਉਹਨਾਂ ਨੇ ਕੁਝ, ਕਿਤੇ ਕਹਿੰਦੇ ਕਰ ਪੱਟੀਆਂ ਸਮਾਨ ਲੈ ਜਾਣ, ਕਿਤੇ ਕਹਿੰਦੇ ਕਰ ਕੁਛ ਬਾਅਦ 'ਚ ਕਹਿੰਦੇ ਕਰ ਸਾਡੇ ਕੋਲ ਹੱਲ ਹੈ ਨਹੀਂ। ਸ਼ਾਇਦ ਇਹ ਵੀਡੀਓ ਵੀਰ ਤੱਕ ਵੀ ਪਹੁੰਚੇ। ਦੇਖੋ, ਇਸ ਗੱਲ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੀਏ। ਸਪਾਈਨਲ ਕੋਰਡ ਇੰਜਰੀ ਇੱਕ ਸਪੈਸ਼ਲਾਈਜ਼ ਫੀਲਡ ਹੈ, ਸਪਾਈਨਲ ਕੋਰਡ ਇੰਜਰੀ SCI, ਲੈਵਲ ਤੱਕ ਨਹੀਂ ਪਤਾ ਹੈ ਨਾ। ਵੀਰ ਹੁਣੀ ਬਹੁਤ ਵਧੀਆ ਸੇਵਾ ਨਿਭਾ ਰਿਹਾ, ਤਰ੍ਹਾਂ ਤਰ੍ਹਾਂ ਦੀ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ, ਬਟ ਰੀੜ ਦੀ ਹੱਡੀ ਟੁੱਟੀ ਹੋਈ ਮਰੀਜ਼ ਨਾ, ਇਕੱਲੀ ਸਪਾਈਨ ਦੀ ਗੱਲ ਨਹੀਂ ਕਰ ਰਿਹਾ, ਸਪਾਈਨਲ ਕੋਰਡ ਦੀ ਗੱਲ ਕਰ ਰਿਹਾ, ਸਾਡੀ ਰੀੜ ਦੀ ਹੱਡੀ ਅੰਦਰ ਨਾੜ ਜਾਂਦੀ ਹੈ। ਇਹ ਇੱਕ ਸਪੈਸ਼ਲਾਈਜ਼ ਫੀਲਡ ਹੈ ਨਾ, ਸੋ ਪਲੀਜ਼ ਉਹ ਵੀਰ ਕੋਲ ਵੀ ਇੱਦਾਂ ਦੇ ਮਰੀਜ਼ ਪਹੁੰਚਦੇ ਹੈ ਜੇ, ਹੈ ਨਾ, ਸਾਡੇ ਤੱਕ ਜ਼ਰੂਰ ਅਪਰੋਚ ਕਰ ਸਕਦੇ, ਨੰਬਰ ਸਾਰਿਆਂ ਕੋਲ ਹੁੰਦੇ ਹੀ ਹੈ ਜ਼ਿਆਦਾਤਰ, ਹੈ ਨਾ। ਸੋ ਤੁਸੀਂ ਵੀਡੀਓ ਸ਼ੇਅਰ ਕਰਕੇ ਹਰ ਜਗ੍ਹਾ ਜ਼ਰੂਰ ਪਹੁੰਚਾਓ। ਸਪਾਈਨਲ ਕੋਰਡ ਇੰਜਰਡ ਪੇਸ਼ੈਂਟਸ, ਚਾਹੇ ਮਨੁੱਖਤਾ ਦੀ ਸੇਵਾ 'ਤੇ ਪਹੁੰਚ ਰਹੇ, ਚਾਹੇ ਉਹ ਅਨਮੋਲ ਕੁਆਤਰਾ ਕੋਲ ਪਹੁੰਚ ਰਹੇ ਨੇ, ਹੈ ਨਾ, ਬਟ ਇਹ ਸਪੈਸ਼ਲਾਈਜ਼ ਫੀਲਡ ਹੈ, ਕਿਸੇ ਨੂੰ ਇਸ ਬਾਰੇ ਜਾਣਕਾਰੀਆਂ ਨਹੀਂ ਹੈ ਨਾ। ਅਤੇ ਅਸੀਂ ਇਸ ਫੀਲਡ ਦੇ ਵਿੱਚ ਵਿਚਰਦੇ ਹਾਂ, ਅਸੀਂ ਸਪੈਸ਼ਲਾਈਜ਼ ਫੀਲਡ ਦੇ ਉੱਪਰ ਸੇਵਾ ਸਹਿਯੋਗ ਕਰ ਰਹੇ ਹਾਂ, ਸਾਨੂੰ ਉਹਨਾਂ ਨੂੰ 1000 ਗੁਣਾ ਬੈਟਰ ਪਤਾ ਹੈ ਨਾ, ਅਸੀਂ ਇਸੇ ਚੀਜ਼ ਦੇ ਵਿਚਰਦੇ ਹਾਂ, ਸਾਰੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ, ਹੈ ਨਾ। ਸੋ ਹਾਲੇ ਤੱਕ ਵੀਰ ਨੂੰ MRI ਲੈ ਕੇ ਆਏ ਹੋ? ਇਹਨਾਂ ਨੂੰ ਆਪਣੇ ਲੈਵਲ ਆਫ ਇੰਜਰੀ ਵੀ ਨਹੀਂ ਪਤਾ, ਹੈ ਨਾ, ਇਹ ਬੇਸਿਕ ਚੀਜ਼ ਹੈ। ਸੋ ਸੰਗਤ ਜੀ, ਤਾਂ ਹੀ ਬੇਨਤੀਆਂ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਕਰਕੇ ਅਲੱਗ ਅਲੱਗ ਜਗ੍ਹਾ ਜ਼ਰੂਰ ਪਹੁੰਚਾਓ, ਤਾਂ ਕਿ ਲੋਕ ਇਸ ਸੇਵਾ ਦਾ ਫਾਇਦਾ ਉਠਾ ਸਕਣ, ਹੈ ਨਾ। ਅਫੀਕਾਨ ਕਿਆ ਉਮੀਦ ਲੈ ਕੇ ਆਵੇ ਸੜ ਤੋਂ? ਸੋ ਤਾਂ ਉਮੀਦ ਲੈ ਕੇ ਆਈ ਬਸ ਤੁਰ ਲੱਗੇ ਤੁਹਾਡੀ ਸੇ ਹੀ ਸੇਵਾ ਜੀ। ਹਾਂਜੀ, ਤੁਰਨ ਲੱਗ ਇਹ ਮੁੰਡੇ ਦੇ ਹੱਥ ਵੀ ਨਹੀਂ ਚੱਲਦੇ, ਸੀ ਲੈਵਲ 'ਤੇ ਕਿਤੇ ਇੰਜਰੀ ਹੈ ਜੀ, ਇਹਦੇ ਹੱਥ ਵੀ ਨਹੀਂ ਚੱਲਦੇ, ਹੈ ਨਾ। ਬੂਟਾ ਖਾਨ ਇੱਧਰ ਆਇਓ ਮੇਰੇ ਵੀਰ। ਕਿਹੜੇ ਕਿਹੜੇ ਹਸਪਤਾਲ 'ਚ ਲੈ ਕੇ ਫਿਰੇ ਹੋ? ਇੱਧਰ ਆਇਓ। ਇਹਦਾ ਭਰਾ ਹੈ,
ਕਿੱਥੇ ਕਿੱਥੇ ਲੈ ਕੇ ਫਿਰੇ ਹੋ? ਆ ਚੰਡੀਗੜ੍ਹ ਦਾ ਆਪਰੇਸ਼ਨ ਹੋਇਆ ਸੀ ਇਹਦਾ ਹੀ। ਪਹਿਲੇ ਥੋੜਾ ਸਾਈਡ ਹੋਇਓ, ਬਹੁਤ ਡੀਪ ਬੈਡਸ ਹੋ ਰਹੇ, ਗ੍ਰੇਡ 4 ਦੇ ਬੈਡਸ ਹੋ ਰਹੇ ਨੇ, ਹੈ ਨਾ, ਗ੍ਰੇਡ 2 ਜਾਂ 3 ਦੀ ਗੱਲ ਨਹੀਂ ਕਰ ਰਿਹਾ, ਸਿੱਧੇ ਗ੍ਰੇਡ 4 ਦੇ ਬੈਡਸ ਹੋ ਰਹੇ, ਮਲਟੀਪਲ ਨੇ, ਤਿੰਨ ਤਿੰਨ ਬੈਡਸ ਹੋ ਰਹੇ। ਜੋ ਵੇਸਟ ਦੀ ਕਮਰ ਦੀ ਪੋਜੀਸ਼ਨ ਹੈ ਉਹ ਪੂਰੀ ਚੇਂਜ ਹੋ ਚੁੱਕੀ ਹੈ, ਸਿੱਧੇ ਪੈਰ ਨਾਲ ਲਗਾਤਾਰ ਇੱਕ ਪੋਜੀਸ਼ਨ ਨਾਲ ਨਾ ਸਟਿਫਨੈਸ ਲੱਤਾਂ 'ਚ ਬਹੁਤ ਵਧੀ ਹੋਈ ਹੈ, ਲੱਤਾਂ ਇਕੱਠੀਆਂ ਹੋ ਕੇ ਛਾਤੀ 'ਤੇ ਲੱਗ ਜਾਂਦੀਆਂ ਨੇ, ਹੈ ਨਾ, ਇਸ ਤਰ੍ਹਾਂ ਦੇ ਹਾਲਾਤ ਪੇਸ਼ੈਂਟ 'ਤੇ ਪਹੁੰਚ ਜਾਂਦੇ ਨੇ, ਇਹ ਸਾਲੋ ਸਾਲ ਪਏ ਰਹਿੰਦੇ ਨੇ। ਮੈਂ ਤੁਹਾਨੂੰ ਬਾਰ ਬਾਰ ਬੇਨਤੀਆਂ ਕਰ ਰਿਹਾ, ਇਹ ਇੱਕ ਸਪੈਸ਼ਲਾਈਜ਼ ਫੀਲਡ ਹੈ ਜਿਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ। ਇਹਨੂੰ ਸਪਾਈਨਲ ਕੋਰਡ ਇੰਜਰੀ ਜਾਂ ਪਿੰਡਾਂ ਪਿੰਡਾਂ ਵਿੱਚ ਉਹੀ ਜਾਣਦੇ ਆਪਾਂ, ਰੀੜ ਦੀ ਹੱਡੀ ਟੁੱਟ ਗਈ। ਹਾਂਜੀ, ਤੁਸੀਂ ਕਰੀ ਜਾਓ ਪਲੀਜ਼। ਕਿੰਨਾ ਪੈਸਾ ਲਗਾ ਕੇ ਆਏ ਹੋ? ਸਾਢੇ ਛੇ ਲੱਖ ਲਗਭਗ ਲੱਗ ਚੁੱਕਿਆ। ਘਰ ਦੇ ਕਿਆ ਕਹਿ ਰਹੇ ਸੀ, ਹੁਣ ਕਿਆ ਲੈ ਕੇ ਆ, ਕਿਆ ਉਮੀਦ ਨਾਲ ਆਏ ਹੋ? ਮੇਰਾ ਤਾਂ ਲੱਗ ਠੀਕ ਹੋਇਆ ਕਿ ਨਹੀਂ ਅਸੀਂ ਤੁਹਾਨੂੰ ਵਾਅਦਾ ਕੀਤਾ ਕਿ ਸਾਨੂੰ ਨਹੀਂ ਪਤਾ ਤੁਰੇਗਾ ਜਾਂ ਕਿੰਨਾ ਤੁਰੇਗਾ, ਸਾਨੂੰ ਨਹੀਂ ਪਤਾ, ਇਹ ਟਾਈਮ ਦੇ ਨਾਲ ਚੱਲੇਗਾ ਪਤਾ। ਸਭ ਤੋਂ ਪਹਿਲਾਂ ਬੈਡ ਸੋ ਠੀਕ ਕੀਤੇ ਜਾਣਗੇ, ਉਸ ਤੋਂ ਬਾਅਦ ਇਹਦੀ ਜੋ ਸਪਾਈਨ ਟੁੱਟੀ ਹੈ ਜਾਂ ਸਪਾਈਨਲ ਕੋਰਡ ਖਰਾਬ ਹੈ ਉਹਦੇ ਉੱਪਰ ਕੰਮ ਕੀਤਾ ਜਾਏਗਾ। ਸੰਗਤ ਜੀ, ਤੁਹਾਨੂੰ ਬੇਨਤੀਆਂ ਨੇ, ਇਸ ਵੀਰ ਵਰਗੇ 19 ਸਾਲ ਦਾ ਮੁੰਡਾ ਹੈ, 19 ਸਾਲ ਦਾ ਮੁੰਡਾ ਲਗਭਗ 2.5 ਸਾਲ 2.5 ਸਾਲ ਤੋਂ ਕਮਰੇ ਦੇ ਅੰਦਰ ਬੰਦ ਪਿਆ ਸੀਗਾ। ਤੁਹਾਨੂੰ ਬੇਨਤੀਆਂ ਨੇ, ਇੱਦਾਂ ਦੇ ਬਹੁਤ ਸਾਰੇ ਵੀਰਾਂ ਤੱਕ ਵੀਡੀਓਜ਼ ਪਹੁੰਚਾਉਣੇ ਤੁਹਾਡਾ ਫਰਜ਼ ਹੈ, ਬਹੁਤ ਜ਼ਰੂਰੀ ਸੇਵਾ ਹੈ ਨਾ ਇਹ। ਸੋ ਇਹਨਾਂ ਵੀਰਾਂ ਨੂੰ ਵੀ ਕਹਾਂਗੇ, ਬਠਿੰਡੇ ਜ਼ਿਲ੍ਹੇ 'ਚ ਬਹੁਤ ਮਰੀਜ਼ ਹੈ, ਸਾਨੂੰ ਫੋਨ ਕਰਦੇ ਹੈ ਨਾ, ਠੀਕ ਹੈ, ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾਇਓ। ਇਲਾਜ ਹੌਲੀ ਹੌਲੀ ਚੱਲੇਗਾ, ਇਹਨੂੰ ਕਾਫ਼ੀ ਲੰਬਾ ਟਾਈਮ ਲੱਗਣ ਵਾਲਾ, ਬਟ ਹਾਂ ਕੁਛ ਬਿਹਤਰ ਜ਼ਰੂਰ ਕਰਕੇ ਦਿਖਾਵਾਂਗੇ। ਸੋ ਫਤਿਹ ਜੀ ਸਾਹਿਬ ਨਾਲ ਵੀਡੀਓ ਕਲੋਜ਼ ਕਰਾਂਗੇ, ਔਰ ਤੁਹਾਡੇ ਤੋਂ ਇਹੀ ਉਮੀਦ ਕਰਾਂਗੇ, ਵੀਡੀਓ ਜ਼ਰੂਰ ਸ਼ੇਅਰ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।